ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਮਨ ਸਿੱਧੂ ਵੱਲੋਂ ਸਾਰੇ ਵੀਰਾਂ ਦਾ ਜੀ ਧੰਨਵਾਦ ਕਰਦੇ ਹਾਂ ਮੇਲੇ 'ਤੇ ਪਹੁੰਚਣ ਲਈ ਅਤੇ ਆਪਦੇ ਵੀਰਾਂ ਦਾ ਮੈਂ ਸਾਰਿਆਂ ਦਾ ਪਹਿਲਾਂ ਧੰਨਵਾਦ ਕਰਦਾ ਚੈਨਲ ਵਾਲੇ ਵੀਰਾਂ ਦਾ ਜਿਹੜੇ ਹਰ ਇੱਕ ਮੰਡੀ 'ਤੇ ਜਾ ਕੇ ਵੀਡੀਓ ਬਣਾਉਂਦੇ ਆ ਅਤੇ ਅੱਜ ਕੱਲ੍ਹ ਨੌਜਵਾਨਾਂ ਵੀਰਾਂ ਨੂੰ ਬਹੁਤ ਵਧੀਆ ਕਿੱਤੇ 'ਤੇ ਲਾ ਰਹੇ ਆ, ਨਸ਼ੇ ਤੋਂ ਬਚਾ ਰਹੇ ਆ। ਇਹਨਾਂ ਦਾ ਧੰਨਵਾਦ ਸਾਰੇ ਚੈਨਲ ਵਾਲੇ ਵੀਰਾਂ ਦਾ ਅਸੀਂ ਕਰਦੇ ਹਾਂ ਕਿ ਸਾਨੂੰ ਘਰ ਬੈਠਿਆਂ ਨੂੰ ਬਹੁਤ ਜਾਣਕਾਰੀ ਦੇ ਰਹੇ ਆ ਇਹ, ਅਤੇ ਅਸੀਂ ਇਹਨਾਂ ਨੂੰ ਵੀ ਵਾਰ ਵਾਰ ਸਾਰੇ ਵੀਰਾਂ ਨੂੰ ਇਹੀ ਕਹਿੰਦੇ ਹਾਂ ਵੀ ਇਹਨਾਂ ਦੇ ਚੈਨਲ ਜਿਹੜੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਜਿਹੜਾ ਇਹਨਾਂ ਦੀ ਵੀਡੀਓ ਆ ਹਰ ਇੱਕ ਤੁਹਾਡੇ ਕੋਲ ਪਹੁੰਚੇ ਤਾਂ ਇਹਨਾਂ ਦਾ ਵੀ ਜਿਹੜਾ ਕੰਮ ਕਾਰੋਬਾਰ ਚੱਲੇ। ਜ਼ਿਆਦਾ ਟਾਈਮ 'ਚ ਟਾਈਮ ਕੱਢ ਕੇ ਆਉਂਦੇ ਆ ਸਾਰੇ ਵੀਰ ਜੀ। ਅਤੇ ਹਾਂਜੀ ਭਾਅ ਜੀ, ਹੁਣ ਅਸੀਂ ਆਪਦੀ ਫੀਡ ਤਿਆਰ ਕੀਤੀ ਆ ਸਪੈਸ਼ਲ ਬੱਕਰੀਆਂ ਲਈ, ਅਤੇ ਜਿਹੜੇ ਵੀਰ ਵਰਤੀ ਆ ਜਿਹਨਾਂ ਨੇ ਉਹ ਵੀ ਸਾਡੇ ਕੋਲ ਖੜ੍ਹੇ ਆ, ਅਸੀਂ ਇਹਨਾਂ ਨੂੰ ਵੀ ਪੁੱਛਾਂਗੇ। ਤਾਂ ਸਾਨੂੰ ਫੋਨ ਵੀ ਬਹੁਤ ਆ ਰਹੇ ਆ ਵੀ ਵੀਡੀਓ ਬਾਈ ਜਿਹੜੀ ਆਪਣੀ ਫੀਡ ਆ ਬਹੁਤ ਵਧੀਆ, ਰਿਜ਼ਲਟ ਬਹੁਤ ਚੰਗਾ ਆ ਰਿਹਾ ਇਹਦਾ। ਅਤੇ ਅਸੀਂ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਜਿਹੜੇ ਸਾਡੀ ਜਿਹੜੇ ਵੀਰ ਵੀਡੀਓ ਵੇਂਦੇ ਆ ਅਤੇ ਜਿਹੜੇ ਸਾਡੇ ਵੀਰ ਫੀਡ ਨੂੰ ਯੂਜ ਕਰਦੇ ਆ, ਅਤੇ ਬਹੁਤ ਵਧੀਆ ਸਾਨੂੰ ਵੀ ਹੌਸਲਾ ਹੁੰਦਾ ਜੋ ਸਾਨੂੰ ਕਹਿੰਦੇ ਫੀਡ ਬਹੁਤ ਵਧੀਆ ਅਤੇ ਚੰਗੇ ਪਸ਼ੂਆਂ ਦੀ ਸਿਹਤ ਬਣਦੀ ਇਹਦੇ ਨਾਲ ਬਾਈ ਜੀ। ਹੁਣ ਆ ਵੀਰ ਨੇ ਸਾਡੇ ਕੋਲੋਂ 4-5 ਗੱਟੇ ਵਰਤੇ ਆ, ਇਹਨਾਂ ਨੂੰ ਪੁੱਛਦੇ ਵੀ ਕਿਵੇਂ ਆ ਬਾਈ ਜੀ ਫੀਡ ਦਾ ਰਿਜ਼ਲਟ। ਬਹੁਤ ਵਧੀਆ ਰਿਜ਼ਲਟ ਆ ਬਾਈ ਜੀ, ਆਪਾਂ ਸਾਰੇ ਨੂੰ ਰਿਕਵੈਸਟ ਕਰਦੇ ਹਾਂ ਇਹ ਫੀਡ ਸਪਾਈਆਂ ਦੇ ਜ਼ਰੂਰ ਵਰਤ ਕੇ ਵੇਖੋ, ਰਿਜ਼ਲਟ ਬਹੁਤ ਵਧੀਆ ਆ ਰਿਹਾ ਜੀ। ਅੱਜ ਬਾਪੂ ਜੀ ਤੁਸੀਂ ਕਿਵੇਂ? ਸਾਡੇ ਠੀਕ ਬਹੁਤ ਹੋ ਰਹੀ ਯਾਰ ਭਾਈ, ਬੱਕਰੀ ਦੀ ਬਹੁਤ ਵੱਧ ਗਈ ਹੈ ਬੱਕਰੀ। ਹਾਂਜੀ, ਆਪਾਂ ਕੋਈ ਇਹਦੇ 'ਚ ਮਾੜੀ ਚੀਜ਼ ਤਾਂ ਕੋਈ ਪਾਈ ਨਹੀਂ, ਤੁਸੀਂ ਜਿੰਨੇ ਗੱਟੇ ਖੋਲਦੇ ਆ ਜਾਂ ਅਸੀਂ ਸੈਂਪਲ ਵਿਖਾਉਂਦੇ ਹਾਂ ਤੁਹਾਨੂੰ, ਸੈਂਪਲ 'ਚ ਮਾਲ ਘੱਟ ਹੁੰਦਾ ਅਤੇ ਗੱਟੇ 'ਚ ਵੱਧ ਹੁੰਦਾ, ਇਵੇਂ ਆਈ ਗੱਲ? ਨਹੀਂ ਨਹੀਂ ਬਹੁਤ ਹੋ ਰਹੀ ਯਾਰ ਭਾਈ, ਉੱਥੇ ਮੈਂ ਤਾਂ ਉੱਥੇ ਠੀਕ ਹੀ ਹਾਂ, ਮੈਨੂੰ ਟਾਈਮ ਨਹੀਂ ਤੁਸੀਂ, ਪਰ ਸਾਡਾ ਟਾਈਮ ਨਹੀਂ ਲੱਗੇ, ਹੁਣ ਇਹੀ ਆਏ ਸ਼ੁੱਕਰਵਾਰ ਨੂੰ ਤੁਹਾਨੂੰ ਇੱਥੇ ਲੈ ਕੇ ਦੇ। ਹਾਂਜੀ, ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ, ਧੰਨਵਾਦ। ਪਤਾ ਦੱਸ ਦੇ ਸਾਰਾ ਮੰਡੀ ਦੇ ਨਾਮ ਲਓ। ਪਿੰਡ ਆਪਣਾ ਭਲੂਰ ਮੰਡੀ 'ਤੇ ਆਏ ਸ਼ੁੱਕਰਵਾਰ ਨੂੰ ਲੈ ਕੇ ਕਰਾਂਗੇ, ਜਿਹੜੇ ਨੇੜ ਵਾਲੇ ਵੀਰ ਇੱਥੋਂ ਲੈ ਜਾ ਕਰਨਗੇ। ਤਾਂ ਆਪਣਾ ਮੋਬਾਈਲ ਨੰਬਰ ਹੈਗਾ 9 9786 21 47 161। ਜਿਹੜੀ ਫੈਕਟਰੀ ਆ ਆਪਣੀ ਲੈਣੇ ਲੱਗੀ ਹੈ ਬਾਈ ਜੀ, ਜੇ ਕਿਸੇ ਨੇ ਤਿਆਰ ਕਰਵਾਉਣੇ ਹੁਣ 10 ਗੱਟੇ ਘੱਟੋ ਘੱਟ ਇਕੱਠੇ ਕਰਕੇ ਦੇਵਾਂਗੇ, ਉੱਥੇ ਖੜ੍ਹ ਕੇ ਵੀ ਤਿਆਰ ਕਰਵਾ ਸਕਦੇ ਕੋਲੇ। ਪਿੰਡ ਲਾ ਲੈਣਾ ਕੋਟਪੁਰੇ ਨਾਲ ਫੈਕਟਰੀ ਆ। ਹਾਂਜੀ, ਦੇਖ ਸਕਦੇ ਹੋ ਸਾਹਮਣੇ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਤਿਆਰ ਕੀਤੀ ਹੋਈ ਹੈ, ਅਤੇ ਵੱਧ ਤੋਂ ਵੱਧ ਬਾਈ ਦੇ ਨਾਲ ਸੰਪਰਕ ਕਰਕੇ ਖਰੀਦ ਸਕਦੇ ਹੋ ਤੁਸੀਂ। ਅਤੇ ਬੱਕਰਾ ਟੀ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ, ਅਤੇ ਮਿਲਦੇ ਹਾਂ ਅਗਲੀ ਵੀਡੀਓ ਨਾਲ। ਧੰਨਵਾਦ। ਆਪਾਂ ਕਿੱਦਾਂ ਤਿਆਰ ਕੀਤੀ ਹੋਈ ਹੈ ਜੀ, ਅਤੇ ਇੱਕ ਵਾਰੀ ਵਰਤ ਕੇ ਵੇਖੋ ਅਤੇ ਰਿਜ਼ਲਟ ਤੁਹਾਨੂੰ ਆਪ ਨਹੀਂ ਪਤਾ ਲੱਗ ਜੂ, ਬਹੁਤ ਵਧੀਆ ਰਿਜ਼ਲਟ ਹੈ ਜਿਹੜਾ ਫੀਡ ਦਾ ਆ ਰਿਹਾ। ਮੋਬਾਈਲ ਨੰਬਰ ਸਾਡਾ ਗੱਟੇ 'ਤੇ ਪਾਇਆ ਹੋਇਆ ਵਾ, ਵਾਧੂ ਜਾਣਕਾਰੀ ਲੈਣ ਲਈ ਸਾਡੇ ਨਾਲ ਕਾਲ ਵੀ ਕਰਦੇ ਵੀ। ਦੋਸਤੋ, ਤੁਸੀਂ ਫੈਕਟਰੀ ਦੇ ਵਿੱਚ ਜਾ ਕੇ ਵਿਜ਼ਿਟ ਕਰਕੇ ਵੀ ਦੇਖ ਕੇ ਜਿਹੜੀ ਫੀਡ ਆ ਖਰੀਦ ਸਕਦੇ ਹੋ ਤੁਸੀਂ, ਅਤੇ ਬਾਈ ਜੀ ਨੇ ਨੰਬਰ ਆਪਣਾ ਦੱਸ ਦਿੱਤਾ ਅਤੇ ਤੁਸੀਂ ਨੰਬਰ ਦੇ ਉੱਪਰ ਕੰਟੈਕਟ ਕਰਕੇ ਜਿਹੜੀ ਇਹ ਫੀਡ ਖਰੀਦ ਸਕਦੇ ਹੋ, ਮੰਗਵਾ ਸਕਦੇ ਹੋ। ਅਤੇ ਬਾਈ ਜੀ ਹੋਰੀ ਜਿਹੜੇ ਭਲੂਰ ਮੰਡੀ ਦੇ ਉੱਪਰ ਵੀ ਫੀਡ ਲੈ ਕੇ ਆਉਂਦੇ ਆ ਹਰ ਸ਼ੁੱਕਰਵਾਰ ਦੋਸਤੋ, ਮੰਡੀ ਭਲੂਰ ਜਿਹੜੀ ਲੱਗਦੀ ਹੈ, ਅਤੇ ਬਾਈ ਜੀ ਹੋਰੀ ਹਰ ਸ਼ੁੱਕਰਵਾਰ ਫੀਡ ਜਿਹੜੀ ਲੈ ਕੇ ਆਇਆ ਕਰਨਗੇ। ਇੱਕ ਗੱਲ ਹੋਰ ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਜਿਵੇਂ ਪਿੰਡ ਭਲੂਰ ਦੇ ਇੱਧਰ ਮੰਡੀ 'ਤੇ ਆਪਣੀ ਫੀਡ ਬਹੁਤ ਵਧੀਆ ਵਿਕ ਰਹੀ ਆ, ਜੇ ਕੋਈ ਵੇਚਣਾ ਚਾਹੁੰਦਾ ਹੋਵੇ ਤਾਂ ਅਸੀਂ ਉਹਨੂੰ ਪੈਸੇ ਵੀ ਦੇਵਾਂਗੇ ਆਪਣੇ ਵੱਲੋਂ, ਅਤੇ ਫੀਡ ਸਾਡੀ ਇੱਥੇ ਲੈ ਕੇ ਰੱਖ ਸਕਦਾ ਬੰਦਾ, ਕਮਿਸ਼ਨ ਦੇ ਸਕਦਾ। ਠੀਕ ਹੈ, ਹਾਂਜੀ, ਅਸੀਂ ਆਇਆ ਕਰਾਂਗੇ ਸ਼ੁੱਕਰਵਾਰ ਨੂੰ ਇੱਥੇ, ਵੇਚ ਅਸੀਂ ਦੇਵਾਂਗੇ, ਆਪਦਾ ਅੱਡਾ ਬਣਾਵੇ, ਜਿਹੜੇ ਬੰਦੇ ਨੇੜੇ ਚੱਕਣੀ ਚਾਹੁੰਦੇ ਆ ਉਹ ਆਪਦੀ ਇੱਥੇ ਵੇਚ ਸਕਦਾ, ਅਸੀਂ ਉਹਨੂੰ ਨਫਾ ਵੀ ਦੇਵਾਂਗੇ। ਬਣ ਦਾ ਕਮਿਸ਼ਨ ਹੈ ਜਿਹੜਾ ਉਹ ਦਿੱਤਾ ਜਾਊਗਾ। ਹਾਂਜੀ, ਠੀਕ ਹੈ, ਘੱਟੋ ਘੱਟ ਅਸੀਂ 10 ਗੱਟੇ ਸਾਡੇ ਰੱਖ ਲਏ, ਅਸੀਂ ਵੇਚਣ ਦੀ ਵੀ ਜ਼ਿੰਮੇਵਾਰੀ ਲੈਂਦੇ, ਅਸੀਂ ਆਪ ਹੀ ਇੱਥੇ ਆ ਕੇ ਵੇਚ ਵੀ ਦੇਵਾਂਗੇ ਅੱਲੇ ਦੀ, ਜਿਹੜਾ ਨਫਾ ਉਹ ਅਸੀਂ ਬੰਦੇ ਨੂੰ ਉਸੇ ਨੂੰ ਦੇਵਾਂਗੇ ਜਿਹੜਾ ਸਾਡੇ ਗੱਟੇ ਵੇਚੂਗਾ। ਹਾਂਜੀ, ਅਤੇ ਇੱਧਰ ਸਾਡੀ ਗੱਟੇ ਦੀ ਫੀਡ ਬਹੁਤ ਵਧੀਆ ਵਿਕ ਰਹੀ ਹੈ ਸਾਡੀ, ਤੁਸੀਂ ਡੀਲਿੰਗ ਵੀ ਕਰ ਸਕਦੇ ਹੋ। ਹਾਂਜੀ, ਡੀਲਿੰਗ ਕਰਕੇ ਜਿਹੜੇ ਤੁਸੀਂ ਉਹ ਫੀਡ ਰੱਖ ਕੇ ਤੁਸੀਂ ਵੇਚ ਸਕਦੇ ਹੋ, ਪ੍ਰੋਫਿਟ ਆ ਜਿਹੜਾ ਤੁਸੀਂ ਉਹ ਨਾਲ ਲੈ ਸਕਦੇ ਹੋ। ਜਿਹੜੇ ਅਸੀਂ ਗੱਟੇ ਛੱਡ ਕੇ ਜਾਵਾਂਗੇ ਉਹਦਾ ਅਸੀਂ ਕੋਈ ਕਿਰਾਇਆ ਨਹੀਂ ਲਵਾਂਗੇ, ਅਸੀਂ 10 ਗੱਟੇ 15 ਗੱਟੇ ਸਪੈਸ਼ਲ ਹੀ ਛੱਡ ਕੇ ਜਾਵਾਂਗੇ। ਇੱਥੇ ਵੇਚ ਸਕਦੇ ਹਾਂ? ਹਾਂਜੀ, ਇੱਥੇ ਵੇਚ ਸਕਦੇ ਹਾਂ। 9981 47 ਵੈਸੇ ਗੱਟੇ ਦਾ ਹੀ ਕਰ ਦਿਓ, ਨੰਬਰ ਤਾਂ ਬੋਲ ਹੀ ਦਿੱਤਾ। ਜਿੱਥੇ ਜਿੱਥੇ ਮੰਡੀਆਂ ਲੱਗਦੀਆਂ ਜੇ ਡਿਸਟ੍ਰੀਬਿਊਟਰ ਉੱਥੇ ਹੋ ਜਾਣ ਤੇ